ਦੁਕਾਨ ਦੇ ਬਾਹਰ ਰੱਖ ਕੇ ਚਲਾ ਗਿਆ ਕੋਈ ਨਵ ਜੰਮੀ ਬੱਚੀ ਤਾਂ ਫਿਰ ਦੁਕਾਨਦਾਰ ਨੇ ਵੀ ਕੀਤਾ ਅਜੀਹਾ ਕੰਮ ਕਿ ਤੁਸੀਂ ਵੀ ਹੋ ਜਾਓਗੇ ਹੈਰਾਨ ਤਾਂ ਮਾਮਲਾ ਅਮਲੋ ਦੇ ਨਾਲ ਲੱਗਦੇ ਪਿੰਡ ਸ਼ਾਹਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਦੁਕਾਨ ਦੇ ਕਾਊਂਟਰ ਤੇ ਕੋਈ ਨਵਜੰਮੀ ਬੱਚੀ ਰੱਖ ਕੇ ਚਲਾ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਔਰਤ ਦਰਸ਼ਨਾ ਕੌਰ ਨੇ ਦੱਸਿਆ ਜੋ ਕਿ ਸ਼ਾਹਪੁਰ ਪਿੰਡ ਦੀ ਹੀ ਰਹਿਣ ਵਾਲੀ ਹੈ ਉਹਨਾਂ ਕਹਿੰਿਆ ਕਿ ਸ਼ਾਹਪੁਰ ਦੇ ਵਿੱਚ ਸਾਡੀ ਦੁਕਾਨ ਹੈ ਤਾਂ ਸਾਨੂੰ ਨਾਲ ਦੇ ਦੁਕਾਨਦਾਰਾਂ ਦੁਆਰਾ ਫੋਨ ਕੀਤਾ ਜਾਂਦਾ ਹੈ ਕਿ ਤੁਹਾਡੀ ਦੁਕਾਨ ਦੇ ਕਾਊਂਟਰ ਤੇ ਕੋਈ ਨਵਜੰਮੀ ਬੱਚੀ ਰੱਖ ਕੇ ਚਲਾ ਗਿਆ ਜਿਸ ਤੋਂ ਬਾਅਦ ਮੇਰਾ ਬੇਟਾ ਤੇ ਸਾਡੀ ਬਹੂ ਦੁਕਾਨ ਤੇ ਪਹੁੰਚਦੇ ਨੇ ਹਾਲਾਂਕਿ ਬਰਸਾਤ ਵੀ ਪੈ ਰਹੀ ਹੁੰਦੀ ਆ ਪਰ ਇਸ ਦੇ ਬਾਵਜੂਦ ਵੀ ਉਹ ਦੁਕਾਨ ਤੇ ਜਾਂਦੇ ਨੇ ਤਾਂ ਉੱਥੇ ਦੇਖਦੇ ਨੇ ਕਿ ਦੁਕਾਨ ਦੇ ਕਾਊਂਟਰ ਤੇ ਕੋਈ ਨਵ ਜੰਮੀ ਬੱਚੀ ਰੱਖ ਕੇ ਚਲਾ ਗਿਆ ਤਾਂ ਮਾਮਲਾ ਅਮਲੋ ਦੇ ਨਾਲ ਲੱਗਦੇ ਪਿੰਡ ਸ਼ਾਹਪੁਰ ਤੋਂ ਸਾਹਮਣਿਆ ਤਾਂ ਤੁਸੀਂ ਸੁਣ ਕੇ ਹੈਰਾਨ ਰਹਿ ਜਾਵੋਗੇ ਕਿ ਦੁਕਾਨਦਾਰ ਦਾ ਕਹਿਣਾ ਹੈ ਕਿ ਅਸੀਂ ਹੀ ਇਸ ਬੱਚੀ ਦੀ ਜੋ ਸਾਂਭ ਸੰਭਾਲ ਕਰਾਂਗੇ ਦੱਸਦੇ ਕਿ ਔਰਤ ਦਰਸ਼ਕਾ ਕਰਨੇ ਕਿ ਮੈਨੂੰ ਖੁਸ਼ੀ ਹੈ ਕਿ ਸਾਨੂੰ ਇਹ ਬੱਚੀ ਮਿਲੀ ਸਾਡੇ ਘਰ ਲక్ష్ਮੀ ਭੇਜੀਆ ਭਗਵਾਨ ਨੇ ਤਾਂ ਅਸੀਂ ਇਸ ਦੀ ਸਖ਼ਤ ਸਵਾਲ ਕਰਾਂਗੇ ਪਰ ਜਿਨ੍ਹਾਂ ਨੇ ਵੀ ਅਜਿਹਾ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਰੱਬ ਉਹਨਾਂ ਨੂੰ ਸਖ਼ਤ ਸਜ਼ਾ ਦੇਵੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਜੋ ਕਿ ਡਰ ਲੱਗੇ ਉਸ ਨੂੰ ਇਸ ਤਰੀਕੇ ਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਚੀਜ਼ ਕੀਤੀ ਹੈ ਤਾਂ ਦੱਸਦੇ ਕਿ ਦੁਕਾਨ ਤੇ ਪਹੁੰਚਣ ਤੋਂ ਬਾਅਦ ਜੋ ਬੱਚੀ ਨੂੰ ਪਰਿਵਾਰ ਦੇ ਦੁਆਰਾ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਬੱਚੀ ਦੀ ਹਾਲਤ ਠੀਕ ਹੈ ਤੇ ਬੱਚੀ ਦਾ ਵਚਨ ਵੀ ਠੀਕ ਹੈ ਤੇ ਬੱਚੀ ਦੀ ਜੋ ਸਰੀਰ ਸਰੀਰਕ ਤੌਰ ਤੇ ਕਹਿ ਸਕਦੇ ਬੱਚੀ ਹੈ ਜੋ ਉਹ ਵੀ ਬਿਲਕੁਲ ਸਹੀ ਹੈ ਦੱਸਦੀ ਹੈ ਕਿ ਦਰਸ਼ਨਾਕੌਰ ਨੇ ਕਿਹਾ ਕਿ ਅਸੀਂ ਇਸ ਬੱਚੀ ਦੀ ਸਾਂਭ ਸੰਭਾਲ ਕਰ ਰਹੇ ਹਾਂ ਪਰ ਅਜੇ ਤੱਕ ਪਤਾ ਨਹੀਂ ਲੱਗਿਆ ਕਿ ਇਹ ਕਾਰਾ ਕਿਸ ਦਾ ਹੈ ਉਹਨਾਂ ਕਹਿੰਦਾ ਜਿਸ ਨੇ ਵੀ ਇਹ ਪਾਪ ਕੀਤਾ ਹੈ ਉਹਨਾਂ ਨੂੰ ਪਰਮਾਤਮਾ ਸਜ਼ਾ ਦੇਵੇਗਾ ਤੇ ਦਰਸ਼ਨਾਕੌਰ ਦਾ ਇਹ ਵੀ ਕਹਿਣਾ ਹੈ ਕਿ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਉਹ ਇਸ ਬੱਚੀ ਨੂੰ ਰੱਖਣ ਦੇ ਲਈ ਤਿਆਰ ਹਨ ਜਾਣਕਾਰੀ ਦੇ ਦਿੰਨੇ ਕਿ ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਇੱਕ ਪਰਿਵਾਰ ਉਸ ਨੂੰ ਲੈਣ ਲਈ ਵੀ ਆਉਂਦਾ ਪਰ ਦਰਸ਼ਨਾ ਦੇ ਪਰਿਵਾਰ ਨੇ ਬੱਚੀ ਦੇਣ ਤੋਂ ਇਨਕਾਰ ਕਰ ਦਿੱਤਾ ਦਰਸ਼ਨਾ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਉਹਨਾਂ ਦੇ ਪੋਤੇ-ਪੋਤੀਆਂ ਜਵਾਨ ਹਨ ਅਤੇ ਵਿਹੌਣ ਵਾਲੇ ਹਨ ਦਰਸ਼ਨਾ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਸ ਨੂੰ ਬੱਚੀ ਦੇ ਮਿਲਣ ਦੀ ਬਹੁਤ ਖੁਸ਼ੀ ਹੈ ਅਤੇ ਜਦੋਂ ਕੋਈ ਇਸ ਨੂੰ ਲੈ ਜਾਣ ਦੀ ਗੱਲ ਕਰਦਾ ਤਾਂ ਉਸ ਦਾ ਮਨ ਭਰ ਆਉਂਦਾ ਉਹਨਾਂ ਦੱਸਿਆ ਕਿ ਜਦੋਂ ਬੱਚੀ ਨੂੰ ਉਹ ਆਪਣੇ ਘਰ ਨਾਲ ਲਾਉਂਦੇ ਹਨ ਤਾਂ ਉਸ ਨੂੰ ਨੀਂਦ ਆ ਜਾਂਦੀ ਹੈ ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸੋਚਨਾ ਦਿੱਤੀ ਗਈ ਹੈ ਪੁਲਸ ਮੁਲਾਜ਼ਮ ਵੀ ਆਪਣੀ ਕਾਰਵਾਈ ਕਰਕੇ ਗਏ ਹਨ